ਦੀ ਮੀਆਂ ਅੰਮੀ ਮੇਰੇ ਮੀਆਂ ਨੇ ਮੈਨੂੰ ਬੜਾ ਮਾਰਿਆ ਬਿਨਾਂ ਵਜ੍ਹਾ ਮਾਰਦਾ ਅੰਮੀ ਬਸ ਤੁਸੀਂ ਮੈਨੂੰ ਅੱਗੇ ਤੋਂ ਲੈ ਕੇ ਜਾਓ ਮੈਨੂੰ ਲੈ ਕੇ ਜਾਓ ਤੂੰ ਮੈਨੂੰ ਨਹੀਂ ਪਤਾ ਕਿਹਨੂੰ ਫੋਨ ਕਰਨ ਦੀ ਬੈਠੀ ਹੈ ਕਿਸੇ ਨੂੰ ਵੀ ਨਹੀਂ ਹੈ ਕਿਸੇ ਨੂੰ ਵੀ ਨਹੀਂ ਕਿਸੇ ਨੇ ਕਰਨ ਦੀ ਬੈਠੀ ਨਹੀਂ ਇਹ ਮੇ ਕੁੜਾ ਅਸਲ ਗੱਲ ਕੇ ਮੈਂ ਕਹਿ ਰਹੀ ਹਾਂ ਕੋਈ ਗੱਲ ਵੀ ਨਹੀਂ ਹੈ ਮੈਂ ਤੈਨੂੰ ਆਦਾ ਪੇ ਅੱਗੇ ਮੈਂ ਤੈਨੂੰ ਕੁੱਟਿਆ ਮੋੜੀ ਮਦੀਦ ਕੁੱਟਿਆ ਸਾ ਅਸਲ ਗੱਲ ਮੈਨੂੰ ਦੱਸ ਮੈਂ ਤੈਨੂੰ ਕਹਿ ਰਹੀ ਹਾਂ ਕੋਈ ਗੱਲ ਵੀ ਨਹੀਂ ਇਹਨੇ ਦੱਸੇ ਸੇ ਇਹਨੇ ਦੱਸੇ ਸੇ ਮੈਂ ਤੈਨੂੰ ਆਦਾ ਅਸਲ ਗੱਲ ਦੱਸ ਅਸਲ ਗੱਲ ਦੱਸ ਅਸਲ ਗੱਲ ਦੱਸ रात को ओ अंधा से कहने ओ देखे दे खड़ा मैं सवाल ने लड़ते खड़ा वाल हकला मारी खड़े ओ ते सिर गिर दे पैसे गिनो ते जलील की रख दे और निकल परा मैं तो हैदरे और आंदे बहन नो कुट्टी खला चलो इद्दो सिगटा देने लब्बे दा का जा मैं चुगली चैन ना उद्दो तो सिगटा दे लब जास सन चल मैं तेनु आदा पिया मैं गैरती बंदा ਮੈਨੂੰ ਗੱਲ ਦੱਸ ਚਾ ਉਹ ਨਿਤਲ ਮੈਂ ਤੈਨੂੰ ਬਾਹਰ ਖਦੇ ਸਾਂ ਕੋਈ ਗੱਲ ਹੋਵੇਗੀ ਤੇ ਮੈਂ ਦੱਸਾਂਗੀ ਨਾ ਅੰਦ ਪੈ ਮੇਰੇ ਘਰ ਵਾਲੇ ਮੈਨੂੰ ਲੈਣ ਵਾਸਤੇ ਤੂੰ ਘਰ ਆ ਘਰ ਆ ਘਰ ਆ ਮੇਰੇ ਘਰ ਵਾਲੇ ਬਲੋ ਵੀ ਕੀ ਹਾਲ ਏ ਠੀਕ ਏ ਕੀ ਗੁੜਗੁੜ ਲਾ ਛੜਦਾ ਸਾਰੀ ਦਿਨ ਬੁੱਢੇ ਗਿਆ ਤੇ ਪੇਸ਼ ਮੇਰੇ ਮਾਪਿਓ ਨੇ ਪਾ ਦਿੱਤਾ ਹੈਗਾ ਮੈਨੂੰ ਪਤਾ ਨਹੀਂ ਨਾ ਦੁਨੀਆ ਤੇ ਕੋਈ ਬੰਦਾ ਨਹੀਂ ਨਜ਼ਰ ਆਇਆ ਕਿ ਹਾਂ ਕੀ ਗੱਲ ਏ ਕੁੜੀਏ ਅੰਮੀ ਉਹ ਮੁੱਖੋ ਦਾ ਫੋਨ ਆਇਆ ਸੀ ਉਹਨੇ ਬੰਦੇ ਨੂੰ ਮਾਰੇ ਰੋ ਰਹੀ ਸੀ ਬਹੁਤ ਜ਼ਿਆਦਾ ਕੀ ਹੋ ਗਿਆ ਮੁੱਖੋ ਨੂੰ ਉਹਦੇ ਬੰਦੇ ਨੇ ਮਾਰੇ ਆ ਰੋ ਰਹੀ ਸੀ ਹਾਏ ਮੈਂ ਮਰ ਗਈ ਮੇਰੀ ਫੁੱਲਾਂ ਜੀ ਤੀ ਵੇ ਤੇਰਾ ਕੱਕ ਨਾ ਰਵੇ ਓ ਹੋਇਆ ਕੀ ਵੇ ਤੂੰ ਚੁੱਪ ਕਰ ਤੈਨੂੰ ਦੱਸ ਨਹੀਂ ਆ ਕੀ ਹੋਇਆ ਵੇ ਡਾਕਟਰ ਵੇ ਬੋਕੇ ਵੇ ਮੇਰੀ ਤੀ ਨੂੰ ਮਾਰ ਆ ਮੈਂ ਕੀ ਹੋਇਆ ਕੀ ਹੋਇਆ ਕਿਉਂ ਰੋਈ ਜਾਨੀ ਹੈ ਵੇ ਮੇਰੀ ਤੀ ਨੂੰ ਮਾਰ ਦਿੱਤਾ ਮੁੱਖੋ ਨੇ ਉਹਦੇ ਬੰਦੇ ਨੇ ਓ ਮੁੱਖੋ ਨੂੰ ਮਾਰਤਾ ਬੰਦੇ ਨੂੰ ਮਾਰਤਾ ਪੂਰੀ ਗੱਲ ਦੱਸ ਹੋਇਆ ਕੀ ਏ ਵੇ ਤੁਸੀਂ ਛੀ ਜਿੱਡੇ ਜਵਾਨ ਹੈਗੇ ਵੇ ਮੇਰੀ ਧੀ ਨੂੰ ਮਾਰਿਆ ਤੁਹਾਡੇ ਪਨਵਈਏ ਨੇ ਕਲੈਣੇ ਹੋ ਓਏ ਉਹਦੀ ਇੰਨੀ ਜੁਰਤ ਸਾਡੀ ਭੈਣ ਨੂੰ ਨੇ ਮਾਰਿਆ ਅਸੀਂ ਨਿਭੜ ਲਾਂਗੇ ਅੰਬੀ ਅੱਜ ਤੂੰ ਵੇਖੇਂਗੀ ਉਹਦੀ ਮੈਂ ਲਾਸ਼ ਲੈ ਕੇ ਆਵਾਂਗਾ ਤੇ ਮੈਂ ਅੱਦੇ ਟੋਟੇ ਕਰ ਦਿਆਂਗਾ ਟੋਟੇ ਵੇ ਤੀ ਬੋਲਦੇ ਟੋਟੇ ਕਰਦੇ ਰਵੋਗੇ ਜਾਂ ਅੱਗੇ ਵੀ ਚੱਲੋਗੇ ਵੇ ਮੇਰੀ ਧੀ ਨੂੰ ਮਾਰ ਮਾਰ ਟਿੱਡੇ ਦੇਣੇ ਸੁੱਟ ਦੇਣਾ ਓ ਚੁੱਪੋ ਡੰਡੇ ਮੇਰੀ ਗੱਲ ਤਾਂ ਸੁਣ ਨਹੀਂ ਕਰ ਲੋ ਛੱਡ ਓ ਮੇਰੀ ਗੱਲ ਤਾਂ ਸੁਣ ਕੇ ਰੱਖਾਂਗੇ ਵੇ ਚਲੋ ਅੱਗੇ ਮਰਾਂ ਜਾ ਕੇ ਓ ਮੇਰੀ ਗੱਲ ਤਾਂ ਸੁਣ ਸੁਣਾ ਤੇਰੀ ਕੀ ਗੱਲ ਸੁਣਾ ਚਲੋ ਵੇ ਮੁੰਡੇ ਅੱਗੇ ਲੱਗੋ ਓ ਕਾਈ ਮੇਰੀ ਸੁਣ ਲਓ ਮੈਂ ਤੁਹਾਡਾ ਪਿਓ ਅੱਬਾ ਤੂੰ ਤੇ ਬੁੱਢਾ ਹੋ ਗਿਆ ਤੈਨੂੰ ਕੋਈ ਸਮਝ ਨਹੀਂ ਓ ਸਾਡੀ ਭੈਣ ਦੇ ਡੱਕਰੇ ਕਰਦੇ ਅਸੀਂ ਵੇਖਦੇ ਰਹਿ ਜੀਏ ਓ ਬੜਿਆ ਮੈਂ ਵਡੇਰਾ ਓਏ ਬਾ ਬਸ ਕਰ ਹੁਣ ਤੂੰ ਪਤਰਾ ਚੋਂ ਨਿਕਲ ਗਿਆ ਅਸੀਂ ਉਹਦੀ ਜਗ੍ਹਾ ਪੁੱਛਾਂਗੇ ਓ ਚਲੋ ਓ ਬੜਿਆ ਰੁੱਕੋ ਮੇਰੀ ਗੱਲ ਤਾਂ ਸੁਣੋ ਜੇ ਇਹਦੇ ਨਾਲ ਲੜਨ ਵਈਦੇ ਪਏ ਹੋ ਜੇ ਇਹਨੂੰ ਮਾਰਨ ਵਈਦੇ ਪਏ ਹੋ ਗੇਰ ਨਹੀਂ ਜਿਹੜਾ ਤੋਂ ਸਾਰਾ ਘਰ 'ਚ ਲੜਾਈਆਂ ਹੋ ਨਹੀਂ ਪੰਦੀਆਂ ਓ ਨਾਲੇ ਮੇਰੇ ਮੋਹ ਵਿਰਾ ਦੀ ਨਿਸ਼ਾਨੀ ਹੈ ਨਾਲੇ ਆਪਣਾ ਖੂਨ ਹੈ ਵੇ ਜਿਹਨੂੰ ਮਾਰਦੇ ਪਏ ਨੇ ਉਹ ਸਾਡਾ ਖੂਨ ਨਹੀਂ ਹੈਗਾ ਹੈ ਵੇ ਬੁੱਢਿਆ ਖੁਸਤਾ ਅਲੱਗ ਹੀ ਬੋਲਨੇ ਹੈਗਾ ਜਦੋਂ ਬੋਲਦਾ ਕਫਨ ਹੀ ਪਾੜਦਾ ਹੈ ਮੁਰਦਾ ਬਲਦੀ ਤੇ ਤੇਲ ਸੱਟ ਲੈ ਸੱਟ ਲੈ ਸੱਟ ਲੈ ਵੇ ਕੀ ਬਲਦੀ ਦੇ ਤੇਲ ਸੱਟ ਲੈ ਸੱਟ ਲੈ ਸਾਰੀ ਜ਼ਿੰਦਗੀ ਨਾ ਤੈਨੂੰ ਆਪ ਨੂੰ ਤਮੀਜ਼ ਆਈ ਤੇ ਨਾ ਤੋ ਛੋਰਾ ਨੂੰ ਸਿਖਾਇਆ ਅੱਛਾ ਕੀਤਾ ਮੈਂ ਠੀਕ ਹੈ ਨਾ ਤੁਹਾਡੇ ਵਰਗੇ ਬੰਦੇ ਨਹੀਂ ਸੁਧਰ ਦੇਗੇ ਮੇਰੀ ਭੈਣ ਨੂੰ ਮਾਰਦਾ ਖੜਾ ਮੈਨੂੰ ਪੱਕਾ ਪਤਾ ਹੈ ਭਰਾ ਉਹ ਤੁਸੀਂ ਜਾਓ ਬਾਕੀ ਤੂੰ ਰਾਂ ਨਹੀਂ ਆਉਂ ਮਰਾ ਸ਼ੁਰ ਨੂੰ ਮਰਾ ਕਤਲ ਕਰਾ ਕੇ ਦੱਸ ਤੂੰ ਤਦ ਮਾਵਾਂ ਦੀ ਉਹ ਮੇਰੀ ਮੰਨੋ ਮੈਂ ਕੱਲਾ ਵਈ ਨਾ ਤੇ ਆ ਮੁਕਾ ਕੇ ਆ ਵਈ ਨਾ ਹਾਂ ਬਾਕੀ ਆ ਉਹ ਨਾ ਬੱਜੋ ਆ ਕੁੱਟੀ ਜਾਂਦਾ ਨਾ ਛੋਰ ਨੂੰ ਹਾਏ ਮੈਂ ਮਰ ਗਈ ਲੈ ਵੇਖ ਲੈ ਗੁਆਈ ਵੀ ਆ ਗਈ ਵੇ ਮੇਰੀ ਧੀ ਨੂੰ ਮਾਰ ਸੁੱਟਣਾ ਉਸਨੇ ਹਾਏ ਮੇਰੀ ਧੀ ਨੂੰ ਮਾਰ ਦੇਗਾ ਮਾਰ ਦੇਗਾ ਮਾਰ ਦੇਗਾ ਵੇ ਟੱਚ ਕਰਿਓ ਤੁਸੀਂ ਮੇਰਾ ਮੂੰਹ ਵੇਖੀ ਜਾਂਦੇ ਹੋ ਉਹ ਨਸ਼ਈਆ ਉਰਾ ਨਾ ਜੀ
मेरी गल सुन ए धी कहंदी ए मेरी ते बहन कहंदी ए साडी ए ओ मेरे सालियो हुन मेरी गल सुनो ओ तुहाडी बहन ए ना ओ इज्जत मेरी ए ओ मेरी कोई इज्जत ते हाथ पावे ते मैं उनु इवे छोड़े था ओ मैं कोई बगैरा था ओ बुजारता पारे गल दस गल की होई ए ओ गल ए जेले मैं काम ते लगा वे ना उस तू बाद ए जेड़ी बैठी ए ओ शबू माछी नाल गल्ला करंदी ए बोल मैं गल करंदी मैं कदों गल कीती है फोन ते गल्ला ने करंदी गल्ला ने करंदी हैं मैं किसी नाल भी गल नहीं कीती कोड़ी शक्ल आ लिया वे मेरी धी जदों कहंदी कि मैं नहीं करदी तो नहीं करदी वे तेनू आवे मौत वे कलैणे आवे तू गड्डी थले आवे तू ट्रक थले आवे तेरी कब्र ते फुल पावा तेरी कब्र ते कंडे आ तेनू सप्प लड़न तेनू पिछू लड़न वे तू कुत्ते दी मौत मरे वे तेरा जनाजा निकले वे कोई जनाजा पड़ाना ना वे ना होवे वे कुत्ते दी शक्ल आ लिया वे तेरे मुंह च कुत्ते पेशाब कर ओ पानी साली पी ला मैं खड़ा तिया वे तेनू मौत आवे बस और थक गई ये मैं सच्चा निकल आया ताए अकड़े तेरे कुत्ते मुंह पेशाब करे से अगर मैं कूड़ा निकल सा ते करे से अगर मैं सच्चा निकला ते मैं तेरे पुत्र दे कुत्ते को पेशाब करवे ते मुंह विच वे फिर कूड़ा नहीं ते तू दस ना क्यों नहीं वे दसे ना दसे ना वे दस भी सही आ जा तू जाए तू भी खड़िया में ए गल है ना तेरे पुत्र खड़े ए नाल ही गारे शबू माछी दा अपने पुत्रा नु उन शबू माछी नु इत्थे लाया वेन नो दो ते पानी दा पानी थी वेसी चलो वे जाओ केड़ा छबू मास्टर है गए आजो आओ आओ आ शबू मास्टर नहीं शबू माछी ओ हाल ही नहीं पता लगा ना इस कोल पुछ इंदा बड़ा वाकिफ है वे तो मेरी धी दे के झुंडा पट्टी जा रहे मेरे सामने पट्टी जा रहे
ਸੁਰਖੀ ਦੇਖ ਲਈ ਖੜੀ ਉਹ ਜਿਵੇਂ ਸਮੋਸੇ ਨੂੰ ਚਟਣੀ ਲੱਗੀ ਹੋਈ ਆਉਂਦੀ ਏ ਵੇ ਚੁੱਪ ਕਰ ਵੇ ਸ਼ਰਮ ਨਹੀਂ ਆਉਂਦੀ ਸੱਸ ਨੂੰ ਜੁਗਤਾ ਮਾਰੀ ਜਾ ਰਿਹਾ ਚੁੱਪ ਕਰ ਖੜ ਜੇ ਲੈ ਹਵੇ ਸੱਸ ਸੱਸ ਅੱਜ ਆਪਣੀ ਧੀ ਨੂੰ ਘਰ ਘੇਨ ਕੇ ਬੈਠੇ ਵੇ ਮੈਂ ਲੈ ਜਵਾਂਗੀ ਠੀਕ ਹੈ ਨਾ ये तो तुम्हारी गाली है ना अगे त्रै घर मिलाई बैठी चौथी दे घर उजड़े से ये गाली कर करके ते त्रै घर आई बैठी नी चौथी नु घेरवे थे राजगीर दे निक्की है तेरा बंदा कही जांदे छब्बू माछी है की नाल आएगा मैनू सच क्यों नहीं दसदी मम्मी मैं नहीं जानती किसी छब्बू माछी नु जे तू नहीं ना जानती ते अच्छे आके मेरे नाल खड़ी हो ठीक है एदे नाल मैं मुक लांगी जगह बना के ना लुकी देखनी मां को तेरा मैं बंदोबस्त करे ना वे जे कल झूठी तेरा बंदोबस्त यार मैं क्या किया मैनू क्यों फादे आयो तेनू दसने तू छब्बू माछी है ना हाँ हाँ तो मैं छब्बू माछी मसला की है पिया ओए मैं ते को दसे ना मैं रोला की है ए दस ए को जानने नहीं पता नहीं कौन है तू ही को जान लिए वाल सोच गली को जानने नहीं मोर सोच गए नहीं सच सच दस सच सच दस ता खाना जी नहीं जानदा नहीं वे टूट पैने मर जाने ओ तेनु जानदा भी नहीं है हैं और की सुनदा है तू एदे कोलो तू मेनू सारे नालों गैरतमंद बिरा नजर आना इत्थे सुन आवाज पछाने जरा सुन करतूत तेन शर्म नहीं आई एक बार फोन कर लगे भाई शबो माची आठ मैं जानता ही नहीं फूट तेरा प्यो करे ना रह गई क्या काम करे ना उन्हें मेरी जी जलेबी वाली दुकान है आहा सबके वन्ना अग्गे ही मायक ओ फ्रिज जे जलेबिया शल्ला से जलेबिया ओ मंजी ते जलेबिया प्लेटन जलेबिया पे जलेबिया आनिया किनु है ए नी पता के शबू माची दे वे अब कोई वेचिया ही कर सारिया मेरे घर दिती रख दे ऐसे से नजर भरे ना चुप करके खड़े वे तुहाडी गैरत मर गई है और ना पुछ दियो ना गुछ दियो घर सोटे चा के भज मग दियो ना सलाम ना दुआ हक बनना ही आके मेरे को पूछो भाई खैर है तू सारी भैन नु क्यों मरे ना पिए इंजे सोटे चा के भज वगयो ओ कोई इवे ही मरे दे ओ तू सादा परना दीती होण मेरी इज्जत है ओ मैं कई गल लिठिए दा इनु मरे ना पिया मी तानू जे फोन गिए मेनू मरे दे पैन तुसा भज वगयो ना पूछवे ना गुच्छवे सोटे चा के भज वगयो अस्सा इदे कोल इतनी गल ही नहीं पूछ सकदे मेरा कोई हक है नहीं ए होण मेरी इज्जत है जेले धिया दी शादी हो वजे अगले बूए ते उना दी मंजी आवणी चाहिदी है ओ मारन कुटन ओ उना दा मसला हुंदे ओ होण तुसा जिवें सोटे चा के आए वे ओ मेनू मारन वास्ते होणे मेरे काबिल कोई नहीं इनू मैं बिल्कुल नहीं रखदा मैं इनू देसा तलाक इनू घर घेन के बंजो मेरी अखी तो दूर हो वज चल अंदर अंदर वज
ਸਾਡੀ ਭੈਣ ਨੂੰ ਤਲਾਕ ਹੋ ਰਹੀ ਹੈ। ਓਏ ਸ਼ਬੂ ਮਸੀਆ ਤੇਰੀ ਵਜ੍ਹਾ ਨਾਲ ਹੋਈ ਹੈ। ਅਰੇ ਫੜੇ ਮਾਰਨ ਓਏ ਮਿੰਟ ਮੇਰੀ ਗੱਲ ਸੁਣ। ਓਏ ਹਾਂ ਸੁਣਾ, ਕੀ ਗੱਲ ਹੈ? ਕੀ ਗੱਲ ਹੈ? ਸੁਣੋ ਮੈਨੂੰ ਨਾ ਮਾਰੋ, ਸੁਬਹ ਮੇਰੀ ਦੁਕਾਨ ਦਾ ਵਿਆਹ, ਮੈਂ ਤੁਹਾਨੂੰ ਜਲੇਬੀਆਂ ਖਵਾਈ। ਯਾਰ ਭਰਾਵਾ ਭੈਣ ਕੋ ਮਾਫ ਕਰ ਦੇ। तरबियत दी होगी, अज ये हाल ना हो। ठीक है, और मैं खानदानी लोधरा, साडे कौम च इस तरह कोई नहीं कि साडिया रन्ना लोगों नाल गाल ही करन। ओ असा तां मारे कुटे नहीं कोई नहीं, ओ डायरेक्ट फायर मरे ने है। इया दुआ मंगो ने, मैं फायर बार नहीं दिता। पुत्रा, मैं तेरे अगे माफी मांगनी अपनी धी दी तरफ, पर मेरी धी नूं तलाक ना दे। तेरी बड़ी मेहरबानी, मेरी धी दी जिंदगी तबाह हो जानी है। तुहाडी धी मेरे बिलकुल काबिल कोई नहीं। तुसी हुण जाओ मेरे घरों, जाओ। फिर भी सोच लै पुत्र। नहीं सोचना, नंबरदार जेड़ा फैसला करे दे सोच समझ के, दिमाग ना के जिंदगी च पछतावा ना होवे। जाओ। अस्सलाम वालेकुम पुत्र। वालेकुम सलाम चाची। पुत्र गल सुन मेरी, तेरी जात ते मैं तेरे अगू हाथ जोड़ना, माफी मंगना, इनू माफ कर दे फिर पुत्र। चाचा तू हाथ ना जोड़, और तू मेरे प्यो तरावे है। भावे मेरा प्यो मर गए, पर मैं तेनू प्यो समझे ना, क्योंकि तू मेरा सक्का चाचा है। ए दस, और तेरे पुत्रा को चंगा काम कीते, तेरी रानी लगी आई है, ते तेरे पोतरी सोटे चा के लगे, मेरी चौकी जा नहीं, और मैं एक सोटे नाल मर वजा, सारे वसे विच मेरा तमाशा बनाए ने। लेकिन तू मेरा प्यो है, ए तेरे च मेरा प्यो नजर आ दे। वाली मैं तेरा आखा मान के इनू रखे ना पिया, लेकिन मेरे काबिल कोई नहीं, इस अच्छा काम नहीं किया। ए दस लोगों फू इनू कई शायद कभी है, हर शायद मेरे घर बैठे रीति है, एसी लगो है, हर बला लगी हुई है, ए मोड़ इस तरह हरकत करे, ए कोई चंगी गल है? ओ मेरे वास्ते कोई जीवन है? है लोग ना मेरे को आखते तेरी समाणी शब्बू माछी नाल गल करे दी, ओ मेरे वास्ते मार वंजन वाला मकाम है। गल सुन मेरा पुत्र, अगर इहो जिही हरकत बाद विच कीती है तो तू मेरे मोयो दी लाज ते मेरा मोयो दा मुंह वेख से। है ठीक है मेरे पुत्र, तेरी बड़ी हाथ ना बात। एला मेरे पुत्र या चाचा, मैं तेरी लाज रखी है, तेरा भला होवे यार। चाचा अल्लाह तेरा ही भला करे, ए घर उजड़ दे नु ते वापस बना दिते, और तू ही शर्म करे। ठीक है, हुण मोए जिदा प्यो दी लाश देख से। ओ मैं गरीब दी हुण इज्जत दा ख्याल रखे, ओ जलेबियां घट ते मैं गरीब दी तोरियां खादी रखे, वाज हुण ताणी लाया। ए हालात इन आज ते भाई पुछे ने ना गुछे ने, इंजे भाजपे ने मुंह चा के आन आने वाली थार ते उल्टा उन्हां दा प्यो मेरे को माफी मांगे। ओ कोजी हो वे आखिर, नंबरदार नंबरदार है।